ਲੁਧਿਆਣਾ ਸਮੂਹਿਕ ਜਬਰ ਜਨਾਹ ਮਾਮਲਾ, ਦੋਸ਼ੀ ਜਲਦ ਹੋਣਗੇ ਸਲਾਖਾਂ ਪਿੱਛੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਲੁਧਿਆਣਾ ਵਿੱਚ ਵਾਪਰੀ ਸਮੂਹਿਕ ਜਬਰ ਜਨਾਹ ਦੀ ਘਟਨਾ ਦੇ ਮਾਮਲੇ ਵਿੱਚ ਥਾਣਾ ਦਾਖਾ ਦੀ ਪੁਲਿਸ ਵੱਲੋਂ ਪੀੜਤ ਲੜਕਾ ਲੜਕੀ ਦੀ ਸ਼ਿਕਾਇਤ 'ਤੇ ਧਾਰਾ 376 ਡੀ, 384, 342 ICC ਅਧੀਨ ਕੇਸ ਦਰਜ ਕੀਤਾ ਗਿਆ ਹੈ। ਕਿਸੇ ਵੀ ਦੋਸ਼ੀ ਨੂੰ ਇਸ ਮਾਮਲੇ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਕਤ ਜਾਣਕਾਰੀ DIG ਰਣਵੀਰ ਸਿੰਘ ਖੱਟੜਾ ਨੇ ਦਿੱਤੀ। ਪੀੜਤ ਲੜਕੀ ਅਤੇ ਲੜਕੇ ਦਾ ਪੁਲਿਸ ਵੱਲੋਂ ਪ੍ਰੇਮਜੀਤ ਸਰਕਾਰੀ ਹਸਪਤਾਲ ਸੁਧਾਰ ਵਿਖੇ ਮੈਡੀਕਲ ਕਰਵਾਇਆ ਗਿਆ, ਜਿੱਥੇ DIG ਰਣਵੀਰ ਸਿੰਘ ਖੱਟੜਾ, SSP ਵਰਿੰਦਰ ਸਿੰਘ ਬਰਾੜ, SP ਤਰੁਣ ਰਤਨ, DSP ਅਮਨਦੀਪ ਬਰਾੜ, DSP ਦਾਖਾ ਹਰਕਮਲ ਕੌਰ ਬਰਾੜ, ਥਾਣਾ ਮੁਖੀ ਰਾਜਨ ਪਰਮਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਪਹੁੰਚੀ ਹੋਈ ਸੀ। ਪੁਲਿਸ ਅਧਿਕਾਰੀਆਂ ਨੇ ਪੀੜਤਾਂ ਨਾਲ ਗੱਲਬਾਤ ਕੀਤੀ ਅਤੇ ਪੂਰਨ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। DIG ਖੱਟੜਾ, SSP ਬਰਾੜ ਮੌਕਾ ਇਹ ਵਾਰਦਾਤ ਦਾ ਜਾਇਜ਼ਾ ਲੈਣ ਪੁੱਜੇ, ਜਿੱਥੇ ਉਹਨਾਂ ਦੱਸਿਆ ਕਿ ਜਬਰ ਜਨਾਹ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਦੋਸ਼ੀਆਂ ਨੇ ਸਕੈਚ ਬਣਾਉਣ ਵਾਲੀ ਸਪੈਸ਼ਲ ਟੀਮ ਅੰਮ੍ਰਿਤਸਰ ਤੋਂ ਆ ਰਹੀ ਹੈ। ਇਸ ਦੇ ਨਾਲ ਮੋਬਾਈਲ ਫੋਨ ਫੋਰੈਂਸਿਕ ਟੀਮ ਵੱਲੋਂ ਡੰਪ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਨ੍ਹਾਂ ਦੋਸ਼ੀਆਂ ਦੇ ਨਾਮ ਮੋਬਾਈਲ ਵਿੱਚ ਰਿਕਾਰਡ ਹੋਏ ਹਨ, ਉਹਨਾਂ ਉੱਪਰ ਵੀ ਪੁਲਿਸ ਕਈ ਥਿਊਰੀਆਂ 'ਤੇ ਕੰਮ ਕਰ ਰਹੀ ਹੈ। ਦੋਸ਼ੀਆਂ ਨੂੰ ਜਲਦ ਕਾਬੂ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟ ਦਿੱਤਾ ਜਾਵੇਗਾ। ਉਹਨਾਂ ਦੱਸਿਆ ਕਿ ਮੌਕਾ ਵਾਰਦਾਤ ਤੋਂ ਲੜਕੀ ਦਾ ਸੈਂਡਲ, ਕਲਿੱਪ ਅਤੇ ਕੱਪੜੇ ਆਦਿ ਮਿਲੇ ਹਨ। ਉਹਨਾਂ ਦੱਸਿਆ ਕਿ ਘਟਨਾ ਸਥਾਨ ਵਾਲੇ 4 ਦੀਵਾਰੀ ਵਾਲੇ ਮਕਾਨ ਨੂੰ ਤਾਲਾ ਨਾ ਲਗਾਉਣ ਵਾਲੇ ਮਾਲਕ ਵਿਰੁੱਧ ਅਣਗਹਿਲੀ ਵਰਤਣ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਪੈਟਰੋਲਿੰਗ ਦੀ ਕਮੀ ਨੂੰ ਮੰਨਦਿਆਂ ਖਰੜਾ ਅਤੇ ਬਰਾੜ ਨੇ ਕਿਹਾ ਕਿ ASI ਵਿਦਿਆ ਰਤਨ ਨੂੰ ਡਿਊਟੀ ਵਿੱਚ ਕੁਤਾਹੀ ਵਰਤਣ 'ਤੇ ਸਸਪੈਂਡ ਕਰ ਦਿੱਤਾ ਗਿਆ ਹੈ। ਬਿਊਰੋ ਰਿਪੋਰਟ, ਆਵਾਜ਼ ਏ ਕੌਮ ਟੀਵੀ।